ਕੇਜਵਾਲ ਸਾਹਿਬ ਪੰਜਾਬ ਜਾ ਰਹੇ ਨੇ, ਕਿੱਥੇ ਕਿੱਥੇ ਉਹਨਾਂ ਰੈਲੀਆਂ ਹੋਣੀਆਂ ਨੇ, ਕਿਸ ਤਰ੍ਹਾਂ ਦੇ ਪ੍ਰੋਗਰਾਮ? ਪਹਿਲੀ ਰੈਲੀ ਜਿਹੜੀ ਹੈ ਉਹ 20 ਜਨਵਰੀ ਨੂੰ ਬਰਨਾਲੇ 'ਚ ਹੋ ਰਹੀ ਹੈ, ਔਰ ਜਿਸ ਤਰ੍ਹਾਂ ਦਾ ਲੋਕਾਂ ਦਾ ਹੁੰਗਾਰਾ ਮਿਲ ਰਿਹਾ, ਬਹੁਤ ਭਾਰੀ ਇਕੱਠ ਹੋ ਰਿਹਾ। ਲੋਕ ਇਹ ਦੱਸਣ ਲਈ ਆ ਰਹੇ ਨੇ ਬਰਨਾਲੇ ਕਿ ਅਸੀਂ ਤੁਹਾਡੇ ਨਾਲ ਹਾਂ ਜੀ। ਇਮਾਨਦਾਰ ਪਾਰਟੀ ਹੈ ਜਿਹਨੇ ਦਿੱਲੀ ਦੇ ਵਿੱਚ ਇੰਨੇ ਵਧੀਆ ਕੰਮ ਕੀਤੇ ਨੇ, ਤਾਂ ਫਿਰ ਲੋਕ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਕੂਲ, ਇਸ ਤਰ੍ਹਾਂ ਦੇ ਹਸਪਤਾਲ, ਇਸ ਤਰ੍ਹਾਂ ਦੇ ਬਿਜਲੀ ਦੇ ਰੇਟ ਜਿਹੜੇ ਨੇ ਉਹ ਹੋਣੇ ਚਾਹੀਦੇ। 20 ਤਰੀਕ ਨੂੰ ਕੇਜਰੀਵਾਲ ਸਾਹਿਬ ਬਰਨਾਲੇ ਆ ਰਹੇ। ਕੁਲਵੀਰ ਜੀਰਾ ਵੱਲੋਂ ਆਪਣੀ ਹੀ ਪਾਰਟੀ ਦੇ ਦੋਸ਼ ਅਫਸਰਾਂ 'ਤੇ ਕਹਿਣਾ ਕਿ ਸਾਡੀ ਸੁਣਵਾਈ ਨਹੀਂ ਹੈਗੀ। ਦੇਖੋ, ਇਹ ਗੱਲ ਪਹਿਲੀ ਵਾਰ ਨਹੀਂ ਹੋਈ, ਇਸ ਤੋਂ ਪਹਿਲਾਂ ਸੁਰਜੀਤ ਸਿੰਘ ਧੀਮਾਨ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਗੱਲ ਬਣ ਨਹੀਂ ਰਹੀ, ਸਾਡੀ ਚੱਲਦੀ ਨਹੀਂ। ਕਈ MP ਵੀ ਮੈਨੂੰ ਇਹ ਕਹਿੰਦੇ ਨੇ ਪਾਰਲੀਮੈਂਟ ਦੇ ਵਿੱਚ, ਕਾਂਗਰਸ ਦੇ MP, ਕਿ ਸਾਡੀ ਤਾਂ ਪੁਲਿਸ ਸੁਣਦੀ ਹੋਈ ਨਹੀਂ, ਸਾਨੂੰ ਤਾਂ ਇਹ ਪਤਾ ਹੀ ਨਹੀਂ ਲੱਗ ਰਿਹਾ ਸਰਕਾਰ ਕਿਹਦੀ ਹੈ। ਜਦੋਂ ਬਿਕਰਮਜੀਤ ਮਜੀਠੀਆ ਅਤੇ ਸੁਖਬੀਰ ਬਾਦਲ ਇੱਕ 'ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਕਰ ਲਓ ਸਾਡਾ ਕੀ ਕਰਨਾ, ਇੱਥੋਂ ਇਹ ਸਿੱਧ ਹੁੰਦਾ ਕੈਪਟਨ ਸਾਹਿਬ ਬਿਲਕੁਲ ਬਾਦਲਾਂ ਨਾਲ ਔਰ BJP ਨਾਲ ਰਲ ਚੁੱਕੇ ਨੇ। ਆਮ ਆਦਮੀ ਪਾਰਟੀ ਤੋਂ ਜਿਹੜਾ ਕਿ ਅੱਜ ਵਿਧਾਇਕ ਬਲਦੇਵ ਸਿੰਘ ਨੇ ਵੀ ਅਸਤੀਫਾ ਦੇ ਦਿੱਤਾ, ਕਿਵੇਂ ਕੀ ਦੇਖਦੇ ਨੇ? ਪਹਿਲਾਂ ਖਹਿਰੇ ਦੇ ਖਿਲਾਫ ਵੀ ਕਾਰਵਾਈ ਨਹੀਂ ਹੋ ਰਹੀ। ਦੇਖੋ, ਇਹਦੇ ਵਾਸਤੇ ਜਿਹੜਾ ਆਥੋਰਾਈਜ਼ਡ ਨੇ ਉਹ LOP ਸਾਹਿਬ ਨੇ, ਹਰਪਾਲ ਚੀਮਾ ਜੀ। ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਮੇਰੇ ਖਿਆਲ 'ਚ ਅੱਜ ਹੀ ਬੁਲਾ ਲਾਂਗੇ ਅਸੀਂ, ਅਤੇ ਜੇ ਉੱਥੇ ਇਹ ਮਤਾ ਪਾਸ ਹੁੰਦਾ ਤਾਂ LOP ਸਾਹਿਬ ਸਪੀਕਰ ਨੂੰ ਇਹ ਅਰਜ਼ੀ ਦੇ ਸਕਦੇ ਨੇ ਕਿ ਜਿਹੜਾ ਬੰਦਾ ਮੁੱਢਲਾ ਮੈਂਬਰ ਵੀ ਨਹੀਂ ਰਹਿਣਾ ਚਾਹੁੰਦਾ, ਫਿਰ MLA ਰਹਿਣ ਦਾ ਕੀ ਹੱਕ ਆ ਉਹਨੂੰ? ਕਿੰਨੇ ਦਿਨ ਹੋ, ਕਾਫੀ ਦਿਨ ਹੋ ਗਏ ਜੀ, ਉਹ ਤਾਂ ਖਹਿਰਾ ਸਾਹਿਬ ਨੂੰ ਮੈਂਬਰਸ਼ਿਪ ਤੋਂ ਅਸਤੀਫਾ ਕਰ ਰਹੀ ਸੀ। ਪਹਿਲਾਂ ਉਹਨਾਂ ਦੀ ਗੈਰਤ ਚੈੱਕ ਕਰ ਰਹੇ ਸੀ, ਗੈਰਤਮੰਦ ਕਹਿੰਦੇ ਆ ਆਪਣੇ ਆਪ ਨੂੰ, ਤਾਂ ਫਿਰ ਜਦੋਂ ਹੁਣ ਗੈਰਤ ਨਹੀਂ ਜਾਗੀ ਤਾਂ ਫਿਰ ਕੋਈ ਨਾ ਕੋਈ ਐਕਸ਼ਨ ਲੈਣਾ ਪਊ ਪਾਰਟੀ। ਕੁਛ ਹੋਰ MLA ਵੀ ਉਹਨਾਂ ਨਾਲ ਨੇ, ਕੁਛ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਈ? ਜਿੱਦਾਂ ਬਲਦੇਵ ਨਹੀਂ, ਫਿਲਹਾਲ ਜਿਹੜਾ ਅਸੈਪਟ ਹੋਇਆ ਅਸਤੀਫਾ ਉਹ ਖਹਿਰਾ ਸਾਹਿਬ ਦਾ ਹੋਇਆ, ਅਤੇ ਬਲਦੇਵ ਸਿੰਘ ਜੀ ਨੇ ਜਿਹੜਾ ਅਸਤੀਫਾ ਦਿੱਤਾ ਉਹ ਹਜੇ ਅਸੈਪਟ ਨਹੀਂ ਹੋਇਆ, ਉਹ ਹਜੇ ਪਹੁੰਚਿਆ ਨਹੀਂ। ਕਰਤਾਰਪੁਰ ਕੋਰੀਡੋਰ ਜਿਹੜਾ 35% ਪਾਕਿਸਤਾਨ ਨੇ ਪੂਰਾ ਕਰ ਲਿਆ, ਕਹਿੰਦੇ ਨਵੰਬਰ 'ਚ ਅਸੀਂ ਪੂਰਾ ਕਰ ਦਾਂਗੇ ਜੀ। ਉਹਨਾਂ ਵੱਲੋਂ ਤਾਂ ਕੋਈ ਕਮੀ ਨਹੀਂ, ਇੱਧਰਲੇ ਪਾਸਿਓਂ ਰਾਜਨੀਤਿਕ ਗੱਲਾਂ ਹੋ ਰਹੀਆਂ ਨੇ, ਇਹੋ ਜਿਹੀ ਗੱਲ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸਾਡੇ ਗੁਰੂ ਸਾਹਿਬ ਨੇ ਜਿੱਥੇ ਆਖਰੀ ਸਮਾਂ ਬਿਤਾਇਆ ਸੀ, ਪਹਿਲਾਂ ਤਾਂ ਉਹਨਾਂ ਦੇ ਨੀਂਹ ਪੱਥਰ 'ਤੇ ਨਾਮ ਪਤਾ ਨਹੀਂ ਕਿਹਦਾ ਲਿਖਤਾ ਕਿਹਦਾ ਨਹੀਂ ਲਿਖਤਾ, ਇਸ ਗੱਲ 'ਤੇ ਲੜਾਈ ਹੋਈ ਉਦੋਂ। ਇਸ ਗੱਲ 'ਚ ਕੋਈ ਕ੍ਰੈਡਿਟ ਵਾਰ ਨਹੀਂ ਹੋਈ ਵੀ ਮੈਂ ਕਰਾਤਾ ਉਹਨੇ ਕਰਾਤਾ, ਇਹ ਤਾਂ ਧਾਰਮਿਕ ਹੈਗਾ, ਸਾਡੀਆਂ ਭਾਵਨਾਵਾਂ ਨਾਲ ਸੰਬੰਧਿਤ ਹੈ, ਅਤੇ ਅਸੀਂ ਸਵੇਰੇ ਜਾਈਏ ਸ਼ਾਮ ਤੱਕ ਸਜਦਾ ਕਰਕੇ ਗੁਰੂ ਸਾਹਿਬ ਨੂੰ ਵਾਪਸ ਆ ਜਾਈਏ, ਇਸ ਗੱਲ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅੱਜ ਰਾਜਨਾਥ ਨੇ ਪਾਸਪੋਰਟ ਲਈ ਨਹੀਂ ਅਨਿਵਾਰਿਆ ਹੋਣਾ ਚਾਹੀਦਾ, ਕੈਪਟਨ ਸਾਹਿਬ ਪਾਸਪੋਰਟ? ਹਾਂ, ਇਹ ਤਾਂ ਹੁਣ ਦੇਖੋ ਕੋਰੀਡੋਰ ਦਾ ਮਤਲਬ ਕੀ ਹੈ? ਕੋਰੀਡੋਰ ਦਾ ਮਤਲਬ ਕਿ ਤੁਸੀਂ ਜਾਓ ਅਤੇ ਮੱਥਾ ਟੇਕ ਕੇ ਵਾਪਸ ਆ ਜਾਓ। ਜੇ ਪਾਸਪੋਰਟ ਅਤੇ ਵੀਜ਼ੇ ਹੀ ਚਾਹੀਦੇ ਨੇ ਫਿਰ ਤਾਂ ਉਹ ਤਾਂ ਲੋਕ ਫਿਰ ਅਟਾਰੀ ਆਪਣਾ ਬਾਘਾ ਬਾਰਡਰ ਤੋਂ ਵੀ ਜਾਂਦੇ ਨੇ। ਇੱਥੇ ਸਕੂਲਕਾਂ ਦੀਆਂ ਕਿ ਭਾਜਪਾ ਉਹਨਾਂ ਨੂੰ ਲੁਧਿਆਣੇ ਤੋਂ ਟਿਕਟ ਦੇ ਸਕਦੀ ਹੈਗੀ, ਇਹ ਤਾਂ ਉਹਨਾਂ ਨੂੰ ਪੁੱਛੋ ਜੀ, ਮੈਂ ਭਾਜਪਾ ਦੀ ਟਿਕਟਾਂ ਮੈਂ ਵੰਡਦਾ ਨਹੀਂ। ਜਿਹੜੀ ਕਾਂਗਰਸ ਦੀ ਗੱਲ ਕਰੀ ਜਾਵੇ ਤਾਂ ਕਾਂਗਰਸ ਦੇ ਡਿਪਟੀ CM ਦੀ ਜਿਹੜੀ ਉਹ ਜਾਂਚ ਕਰ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ CM ਕਰ, ਇਹ ਤਾਂ ਉਹ ਉਹਨਾਂ ਨੂੰ ਪੁੱਛੋ, ਮੈਂ ਕੀ ਕਰ ਸਕਦਾ ਇਹਦੇ 'ਚ? ਬਜਟ ਸੱਤਰ ਬੁਲਾਇਆ ਗਿਆ, ਕੈਪਟਨ ਵੱਲੋਂ ਸਾਰੀ ਕੈਬਨਿਟ ਦੇ MLA ਬਣਾਏ ਗਏ ਨੇ, ਬੁਲਾਏ ਗਏ ਨੇ, ਕੀ ਕਹਿਣਾ ਚਾਹੁੰਦੇ? ਪਹਿਲੀ ਗੱਲ ਤਾਂ ਵਿਧਾਨ ਸਭਾ 'ਚ ਕਦੋਂ ਚੱਲਦੀ ਹੈ? 3 ਦਿਨ ਦਾ ਸੈਸ਼ਨ ਬੁਲਾਉਂਦੇ ਨੇ, ਪਹਿਲਾ ਦਿਨ ਜਿਹੜਾ ਸ਼ਰਧਾਂਜਲੀਆਂ 'ਚ ਲੰਘ ਜਾਂਦਾ, 2 ਦਿਨ ਰੌਲੇ 'ਚ ਲੰਘ ਜਾਂਦੇ ਨੇ। ਵਿਧਾਨ ਸਭਾ ਵੱਧ ਚੱਲਣੀ ਚਾਹੀਦੀ, ਇੱਕ ਕੋਈ ਇਹੋ ਜਿਹਾ ਵੀ ਸਮਾਂ ਸੀਗਾ ਜਦੋਂ 15 ਦਿਨ ਦਾ ਸੈਸ਼ਨ ਬੁਲਾਇਆ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਬਹੁਤ ਛੋਟਾ ਸੈਸ਼ਨ ਹੈ, 15 ਦਿਨ ਦੇ ਨੂੰ ਵੀ ਛੋਟਾ ਸੈਸ਼ਨ। ਹੁਣ 15 ਘੰਟਿਆਂ ਵਾਲੇ ਬੁਲਾਏ ਜਾਂਦੇ ਨੇ, ਇਹਦਾ ਮਤਲਬ ਸਰਕਾਰ ਜਿਹੜੀ ਹੈ ਉਹ ਵਿਰੋਧੀ ਪਾਰਟੀਆਂ ਦੇ ਸਵਾਲਾਂ ਤੋਂ ਭੱਜ ਰਹੀ ਹੈ, ਲੋਕਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ। ਫਿਰ ਸਮਝਦੇ ਹੋ ਜਿਹੜਾ ਪੰਜਾਬ ਏਕਤਾ ਮੰਚ ਬਣਿਆ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਊਗਾ ਜਾਂ ਕੋਈ ਆਮ ਆਦਮੀ ਪਾਰਟੀ? ਇਹ ਤਾਂ ਲੋਕ ਦੱਸਣਗੇ ਜੀ, ਇਹ ਤਾਂ ਲੋਕ ਦੱਸਣਗੇ, ਪਹਿਲਾਂ ਚੋਣ ਨਿਸ਼ਾਨ ਤਾਂ ਲੈ ਲੈਣ।